मैदान कोई भी होवे, सिखां ने हर थां ते मल्लां मारियां ने। फिर भावें गल फिल्मां दी करिए, सियासत दी करिए, या फिर खेड दे मैदान दी गल होवे, और खेड दे मैदान विच हुण सिख जिहड़े ने, साबत सूरत सिख जिहड़े ने, ओह इक नवें मैदान ते जिहड़ा हैगा वक्री एंट्री दर्ज कराउण जा रहे ने। खालसा फुटबॉल क्लब दे प्रेजिडेंट हरजीत सिंह ग्रेवाल साडे नाल मौजूद ने, उहनां दे नाल गल करदे हां। ग्रेवाल साहब, बहुत बहुत स्वागत है तुहाडा। खालसा फतेह जी, की खास लैके आ रहे हो इस बार? गतका तुसीं प्रमोट कर चुके हो, गतके दे कंपीटिशन जिहड़े हैगे नैशनल इंटरनेशनल लैवल ते करा चुके हो, इस बार की नवां? ਇਹ ਹੈਗਾ ਜੀ ਸਾਬਤ ਸੂਰਤ ਬੱਚਿਆਂ ਲਈ ਫੁੱਟਬਾਲ ਟੂਰਨਾਮੈਂਟ। ਅਤੇ ਕਿਉਂਕਿ ਗੁਰੂ ਨਾਨਕ ਸਾਹਿਬ ਦਾ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਸਾਰੇ ਦੇਸ਼ਾਂ ਦੇ ਵਿੱਚ, ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਬਹੁਤ ਵੱਡੇ ਪ੍ਰੋਗਰਾਮ ਰੱਖੇ ਗਏ ਆ, ਅਤੇ ਸਾਡੇ ਖਾਲਸਾ ਫੁੱਟਬਾਲ ਕਲੱਬ ਵੱਲੋਂ ਵੀ ਗੁਰੂ ਨਾਨਕ ਸਾਹਿਬ ਨੂੰ ਇਹ ਸਮਰਪਿਤ ਆ। ਅਤੇ ਖਾਸ ਕਰਕੇ ਪਹਿਲੀ ਵਾਰ ਫੁੱਟਬਾਲ ਦੇ ਇਤਿਹਾਸ 'ਚ ਇਹ ਸਾਬਤ ਸੂਰਤ ਬੱਚਿਆਂ ਦਾ ਫੁੱਟਬਾਲ ਮੁਕਾਬਲੇ ਹੋਣ ਲੱਗੇ ਆ। ਅਤੇ ਅਸੀਂ, ਸਾਡਾ ਜਿਹੜਾ ਖਾਲਸਾ ਫੁੱਟਬਾਲ ਕਲੱਬ ਹੈ, ਇਸ ਨੇ ਇਹਨੂੰ ਪਹਿਲਾਂ ਅਸੀਂ ਰਜਿਸਟਰਡ ਕਰਾਇਆ, ਪੰਜਾਬ ਫੁੱਟਬਾਲ ਐਸੋਸੀਏਸ਼ਨ ਨਾਲ ਇਹ ਅਫੀਲੀਏਟਡ ਹੈ। ਅਤੇ ਜਿਹੜਾ ਸਾਡਾ ਟੂਰਨਾਮੈਂਟ ਹੈਗਾ ਉਹਦਾ ਨਾਂ ਹੈਗਾ ਸਿੱਖ ਫੁੱਟਬਾਲ ਕੱਪ। ਅਤੇ ਇਹ ਜਿਹੜਾ ਸਿੱਖ ਫੁੱਟਬਾਲ ਕੱਪ ਹੈ, ਇਹ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਹੋਣਾ। ਅਤੇ ਸਿੱਖ ਫੁੱਟਬਾਲ ਕੱਪ ਵੀ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਰਜਿਸਟਰਡ ਹੋਣ ਕਰਕੇ ਮਾਨਤਾ ਪ੍ਰਾਪਤ ਟੂਰਨਾਮੈਂਟ ਇਹ, ਮਤਲਬ ਕਹਿ ਸਕਦੇ ਹੋ ਤੁਸੀਂ ਕਿ ਸਾਰੇ ਬੱਚਿਆਂ ਲਈ ਹੈਗਾ। ਔਰ ਉਸ ਤੋਂ ਬਾਅਦ ਇਹ ਸੀਗਾ ਕਿ ਜਦੋਂ ਅਸੀਂ ਸੋਚਿਆ ਕਿ ਇਹਦੀ ਰੂਪਰੇਖਾ ਕੀ ਉਲੀਕਣੀ ਆ, ਕਿੱਦਾਂ ਕਰਨਾ, ਤਾਂ ਅਸੀਂ ਪੰਜਾਬ ਦੇ 22 ਜ਼ਿਲ੍ਹੇ ਚੂਜ਼ ਕੀਤੇ, ਪਲੱਸ ਚੰਡੀਗੜ੍ਹ 23ਵਾਂ। ਅਤੇ ਉਹਦੇ ਲਈ ਫਿਰ ਅਸੀਂ 23 ਸਟੇਡੀਅਮ ਚੂਜ਼ ਕੀਤੇ, ਹਰ ਜ਼ਿਲ੍ਹੇ ਦੇ ਵਿੱਚ 2 ਕੋਚ ਸਾਹਿਬ, ਅਤੇ ਉਹਨਾਂ ਅਸੀਂ ਸਿਲੈਕਸ਼ਨ ਟ੍ਰਾਇਲਸ ਰੱਖੇ। ਅਤੇ 2-2 ਦਿਨ ਦੇ ਹੋਏ, 100 ਤੋਂ ਲੈ ਕੇ 250 ਬੱਚਾ ਜਿਹੜਾ ਹੈਗਾ ਵੱਖ ਵੱਖ ਜ਼ਿਲ੍ਹਿਆਂ 'ਚ, ਕਿਉਂ ਕਿਤੇ ਬੱਚੇ ਘੱਟ ਸੀ ਕਿ ਸਾਬਤ ਸੂਰਤ, ਅਤੇ ਕਿਤੇ ਜ਼ਿਆਦਾ ਸੀ ਅੰਮ੍ਰਿਤਸਰ ਤਰਨ ਤਾਰਨ ਦੇ ਇਲਾਕੇ 'ਚੋਂ, ਅਤੇ 250 ਬੱਚਾ ਆਇਆ। ਉਹਨਾਂ 'ਚੋਂ ਸਿਰਫ 20 ਬੱਚੇ ਸਿਲੈਕਟ ਕਰਨੇ ਸੀ, ਅਸੀਂ ਉਹ 20 ਬੱਚਿਆਂ ਦੀ ਟੀਮ ਵੱਖ ਵੱਖ ਜ਼ਿਲ੍ਹਿਆਂ ਦੀ ਸਿਲੈਕਟ ਕੀਤੀ। ਅਤੇ ਉਹ ਹੁਣ ਜਿਹੜੀਆਂ 23 ਟੀਮਾਂ ਨੇ ਇਹ, ਅਤੇ ਇਹ 23 ਟੀਮਾਂ ਦੇ ਮੁਕਾਬਲੇ ਆਪਸ 'ਚ ਹੋਣਗੇ, ਆਪਾਂ ਇਹਨਾਂ ਨੂੰ ਇੰਟਰ ਡਿਸਟ੍ਰਿਕਟ ਕਹਿ ਲਓ ਚਾਹੇ। ਅਤੇ ਇਹ ਇੰਟਰ ਡਿਸਟ੍ਰਿਕਟ ਜਿਹੜਾ ਟੂਰਨਾਮੈਂਟ ਹੈ, ਇਹ 30 ਜਨਵਰੀ ਤੋਂ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਸ਼ੁਰੂ ਹੋਣ ਜਾ ਰਿਹਾ। ਅਤੇ ਉੱਥੇ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਸਿੰਘ ਸਾਹਿਬ, ਉਹ ਇਹਦਾ ਉਦਘਾਟਨ ਕਰਨਗੇ। ਅਤੇ ਅਕਾਲ ਤਖ਼ਤ ਸਾਹਿਬ ਦੇ 5 ਪਿਆਰੇ ਔਰ ਹੈੱਡ ਗ੍ਰੰਥੀ ਸਾਹਿਬ, ਉਹ ਸਾਰੇ ਰਲ ਕੇ ਇਸ ਟੂਰਨਾਮੈਂਟ ਦੀ ਅਰੰਭਤਾ ਦੀ ਅਰਦਾਸ ਕਰਨਗੇ। ਚੜ੍ਹਦੀ ਸਵਾਲ ਵੈਸੇ ਕਈ ਸਾਰੇ ਨੇ, ਪਰ ਸਵਾਲ ਇੱਕ ਇਹ ਆਉਂਦਾ ਕਿ ਫੁੱਟਬਾਲ ਹੀ ਕਿਉਂ, ਹੋਰ ਕੋਈ ਖੇਡ ਕਿਉਂ ਨਹੀਂ? ਬਿਲਕੁਲ ਠੀਕ ਹੈ ਜੀ, ਸਹੀ ਗੱਲ ਹੈ। ਅਸਲ ਇਹ ਆ ਜੀ, ਤੁਸੀਂ ਸ਼ਾਇਦ ਕ੍ਰਿਕਟ ਪ੍ਰੇਮੀ ਹੋ ਸਕਦੇ ਹੋ, ਕ੍ਰਿਕਟ ਦਾ ਦਾਇਰਾ ਬਹੁਤ ਛੋਟਾ। ਜਿਹੜੀ ਫੁੱਟਬਾਲ ਹੈ, ਇਹ ਪੂਰੇ ਮੁਲਕਾਂ ਦੇ ਵਿੱਚ ਖੇਡੀ ਜਾਂਦੀ ਹੈ, ਇੱਕ ਮਤਲਬ ਇੰਨੀ ਪਾਪੂਲਰ ਖੇਡ ਆ ਜਿਹਨੂੰ ਹਰ ਇਨਸਾਨ ਪਿਆਰ ਕਰਦਾ, ਚਾਹੇ ਉਹ ਕੋਈ ਵੀ ਮਰਜ਼ੀ ਖੇਡ ਖੇਡਦਾ ਹੋਵੇ, ਪਰ ਉਹ ਫੁੱਟਬਾਲ 'ਚ ਉਹਦਾ ਜਨੂੰਨ ਹੈ। ਅਤੇ ਇਸ ਕਰਕੇ ਅਸੀਂ ਇਹ ਸੋਚਿਆ ਕਿ ਉਹ ਖੇਡ ਚੁਣੀ ਹੈ ਜਿਸ ਦੀ ਪੂਰੇ ਵਰਲਡ ਦੇ ਵਿੱਚ ਮਕਬੂਲੀਅਤ ਹੋਵੇ। ਵਰਲਡ ਦੇ ਵਿੱਚ ਮਕਬੂਲੀਅਤ, ਮੈਂ ਵਿੱਚ ਰੋਕ ਰਿਹਾ ਤੁਹਾਨੂੰ, ਪਰ ਇੰਡੀਆ ਦੇ ਅੰਦਰ ਤੁਹਾਨੂੰ ਜ਼ਿਆਦਾ ਚੈਲੇਂਜਿੰਗ ਨਹੀਂ ਲੱਗਿਆ ਫੁੱਟਬਾਲ ਨੂੰ ਲੈ ਕੇ ਕੰਮ ਕਰਨਾ, ਕਿਉਂਕਿ ਇੰਡੀਆ ਦੇ ਅੰਦਰ ਹਜੇ ਵੀ ਉਸ ਤਰੀਕੇ ਦੇ ਨਾਲ ਫੁੱਟਬਾਲ ਡਿਵੈਲਪ ਨਹੀਂ ਹੋਇਆ, ਉਨਾ ਜ਼ਿਆਦਾ ਫੇਮਸ ਨਹੀਂ ਹੋਇਆ, ਉਨੇ ਜ਼ਿਆਦਾ ਪਲੇਅਰ ਨਹੀਂ ਨਿਕਲ ਕੇ ਆਏ? ਪਰ ਕਦੇ ਤਾਂ ਕਰਨਾ ਪੈਣਾ, ਕਦੇ ਤਾਂ ਕਰਨਾ ਪੈਣਾ, ਕਿਸੇ ਨੂੰ ਤਾਂ ਕਰਨਾ ਪੈਣਾ। ਅਸੀਂ ਔਰ ਸੈਕੰਡਲੀ ਸ਼ਾਇਦ ਜੇ ਥੋੜ੍ਹਾ ਜਿਹਾ ਅਸੀਂ ਇਤਿਹਾਸ ਵੱਲ ਮੁੜੀਏ, ਜਿੱਥੋਂ ਅਸੀਂ ਚੱਲੇ ਹਾਂ, ਅਸੀਂ ਉਸੇ ਇਤਿਹਾਸ ਨੂੰ ਲੈ ਕੇ ਰਿਪੀਟ ਕਰਨ ਲੱਗੇ ਹਾਂ ਇਹ ਦੁਆਰਾ। 1962 ਦੇ ਵਿੱਚ ਇੰਡੀਆ ਏਸ਼ੀਆ ਦਾ ਗੋਲਡ ਮੈਡਲ ਵਿਨਰ ਹੈ, ਔਰ ਉਹਦੇ ਜਿਹੜੇ ਕੈਪਟਨ ਸੀਗੇ ਜਰਨੈਲ ਸਿੰਘ ਪਨਾਮ ਮਾਲਪੁਰ ਵਾਲੇ, ਉਹ ਸੀਗੇ, ਔਰ ਉਦੋਂ ਜਦੋਂ ਟੀਮ ਵੀ ਖੇਡੀ ਆ ਨਾ ਉਹਦੇ ਵਿੱਚ, ਅਤੇ ਤੁਹਾਨੂੰ ਪਿੱਛੇ ਲੈ ਕੇ ਚੱਲਾਂ, 11 ਜਿਹੜੇ ਇਨ ਗਰਾਊਂਡ ਖਿਡਾਰੀ ਸੀ ਉਹਨਾਂ 'ਚੋਂ 10 ਖਿਡਾਰੀ ਜੁੜਿਆਂ ਵਾਲੇ ਸੀਗੇ, ਪੰਜਾਬ ਦੀ ਉਹਦੇ 'ਚ ਚੜ੍ਹਾਈ ਸੀਗੀ ਪੰਜਾਬੀਆਂ ਦੀ, ਅਤੇ ਉਹ ਗੋਲਡ ਵੀ ਜਿੱਤਿਆ ਸੀਗਾ। ਅਤੇ ਉਦੋਂ ਬਾਅਦ ਜਿਉਂ ਜਿਉਂ ਜੂੜਾ ਥੱਲੇ ਆਉਂਦਾ ਗਿਆ ਪੰਜਾਬੀਆਂ ਦੀ ਉਹ ਗਈ, ਅਤੇ ਅਸੀਂ ਖੇਡਾਂ 'ਚ ਵੀ ਥੱਲੇ ਗਏ ਆ। ਅਤੇ ਖੇਡਾਂ 'ਚ ਰਾਜ ਸੀ ਕਦੇ, ਚਾਹੇ ਹਾਕੀ ਲੈ ਲਓ, ਐਥਲੈਟਿਕ ਲੈ ਲਓ ਮਿਲਖਾ ਸਿੰਘ ਜੀ, ਜੋ ਹੋਰ, ਅਸੀਂ ਉਸੇ ਚੀਜ਼ ਨੂੰ ਰਿਵਾਈਵ ਕਰਨ ਆਏ ਹਾਂ ਵੀ ਜਿਹੜੀ ਇੰਡੀਆ ਦੀ ਦੇਸ਼ ਵਿਦੇਸ਼ ਦੇ ਵਿੱਚ ਸਰਦਾਰੀ ਸੀ। ਸਾਡਾ ਇੰਡੀਆ ਦਾ ਝੰਡਾ, ਚਾਹੇ ਓਲੰਪਿਕ ਸੀ, ਏਸ਼ੀਆ ਸੀ, ਕਾਮਨਵੈਲਥ ਸੀ, ਸਾਡਾ ਬੁਲੰਦ ਹੁੰਦਾ ਸੀਗਾ, ਮਤਲਬ ਕਲਚਰ ਸੀ। ਫੁੱਟਬਾਲ ਦੀ ਨਰਸਰੀ ਰਹੀ ਆ, ਇੰਡੀਆ ਦੀ ਨਰਸਰੀ ਮਾਲਪੁਰ ਸੀਗੀ, ਔਰ ਹਾਕੀ ਦੀ ਨਰਸਰੀ ਸੰਸਾਰਪੁਰ ਸੀ। ਸਾਡੀਆਂ ਅੱਜ ਕੱਲ੍ਹ ਬੱਚੇ ਨਸ਼ਿਆਂ 'ਚ ਲੱਗੇ, ਅੱਜ ਕੱਲ੍ਹ ਬੱਚੇ ਪੱਛਮੀ ਸੱਭਿਆਚਾਰ 'ਚ ਆ ਗਏ, ਮਤਲਬ ਮੈਂ ਅਗਲਾ ਸਵਾਲ ਇਸੇ 'ਤੇ ਲੈ ਕੇ ਆ ਰਿਹਾ ਸੀ। ਇਹ ਜਿਹੜਾ ਤੁਸੀਂ ਇੱਕ ਪਰਟੀਕੁਲਰ ਜਿਹੜਾ ਇੱਕ ਸਾਬਤ ਸੂਰਤ ਸ਼ਬਦ ਇਸਤੇਮਾਲ ਕੀਤਾ, ਇਹ ਆਪਣੇ ਆਪ ਵਿੱਚ ਕਿੰਨਾ ਵੱਡਾ ਚੈਲੇਂਜ ਹੈ? ਮੌਜੂਦਾ ਪੀੜ੍ਹੀ ਜਿਹੜੀ ਪਤਿਤ ਪੁਣੇ ਵੱਲ ਵਧਦੀ ਜਾ ਰਹੀ, ਉਹਨੂੰ ਅਸੀਂ ਧਾਰਮਿਕ ਸਮਾਗਮਾਂ ਵਿੱਚ ਵੀ ਬੜਾ ਸੁਨੇਹੇ ਦਿੰਦੇ ਹਾਂ ਕਿ ਪਤਿਤ ਪੁਣੇ ਵੱਲ ਨਹੀਂ ਜਾਣਾ ਚਾਹੀਦਾ, ਸਾਬਤ ਸੂਰਤ ਹੋਣਾ ਚਾਹੀਦਾ, ਸਿੰਘ ਸਜਣਾ ਚਾਹੀਦਾ, ਉਹ ਲੱਭਣ ਵਿੱਚ, ਔਰ ਉਹ ਵੀ ਖਿਡਾਰੀ ਲੱਭਣ ਦੇ ਵਿੱਚ ਜਿਹੜੇ ਨਸ਼ੇ ਵੱਲ ਜਾ ਰਹੀ ਹੋਵੇ, ਉਹ ਕਿਵੇਂ ਲੱਭੇ? ਸਹੀ ਗੱਲ ਹੈ, ਸਹੀ ਗੱਲ ਇਹ ਹੈ ਜੀ, ਇੰਡੀਆ 'ਚੋਂ ਪ੍ਰਵਾਸ ਹੋ ਰਿਹਾ ਬਾਹਰਲੇ ਮੁਲਕਾਂ ਨੂੰ,
ਬੱਚੇ ਤੁਹਾਡੇ ਨਸ਼ਿਆਂ 'ਚ ਲੱਗ ਗਏ। ਅੱਛਾ, ਇੱਕ ਆ ਇੰਟਰਨੈਟ ਅਤੇ ਮੋਬਾਈਲ ਜਿਹੜਾ ਆ ਗਿਆ ਸੋਸ਼ਲ ਮੀਡੀਆ, ਇਹਨੇ ਪੱਟਤਾ। ਦੂਜਾ ਟੀ ਵੀ ਆ ਜਿਹੜਾ, ਉਹ ਜਿਹੜਾ ਪਰੋਸ ਰਿਹਾ ਬੱਚਿਆਂ ਨੂੰ ਸੱਭਿਆਚਾਰ, ਜਿਹੜਾ ਸਾਡਾ ਭਾਰਤੀ ਸੱਭਿਆਚਾਰ ਹੈ ਜਿਹੜਾ ਸਾਡਾ, ਉਹ ਸਾਨੂੰ ਸਾਡਾ ਵੈਸਟਰਨ ਆ ਗਿਆ, ਖਾਣ ਪੀਣ ਪਹਿਨਣ ਸਭ ਕੁਛ ਆ ਗਿਆ, ਅਤੇ ਫਿਰ ਰਹਿ ਕੀ ਗਿਆ ਸਾਡੇ ਕੋਲ? ਅਸੀਂ ਤਾਂ ਖਤਮ ਹੁੰਦੇ ਜਾ ਰਹੇ ਹਾਂ ਦੂਜੇ ਪਾਸੇ ਨੂੰ। ਇਹਨਾਂ ਨੂੰ ਬੱਚਿਆਂ ਨੂੰ ਉੱਥੋਂ ਕੱਢ ਕੇ ਨਾ ਖੇਡ ਮੈਦਾਨਾਂ 'ਚ ਲਿਆਉਣਾ, ਖੇਡ ਕਲਚਰ ਪੈਦਾ ਕਰਨਾ। ਅਤੇ ਜਿੱਥੇ ਰਹਿ ਗਈ ਸਾਬਤ ਸੂਰਤ ਵਾਲੀ, ਸਾਬਤ ਸੂਰਤ ਅਸੀਂ ਉਹ ਗਿਣਦੇ ਹਾਂ ਕਿ ਜਿਹੜਾ ਬੱਚਾ ਦੁਨੀਆ 'ਤੇ ਆਇਆ, ਉਹ ਜੇਕਰ ਉਹ ਆਪਣੇ ਚਿਹਰੇ ਨਾਲ ਔਰ ਆਪਣੇ ਰੋਮਾਂ ਨਾਲ ਛੇੜਖਾਨੀ ਨਾ ਕਰੇ, ਉਹ ਸਾਬਤ ਸੂਰਤ ਹੁੰਦਾ। ਅੱਜ ਤੱਕ ਸਾਰੇ ਪੁਰਾਣੇ ਰਿਸ਼ੀ ਮੁਨੀ ਸਾਡੇ ਗੁਰੂ ਸਾਹਿਬ ਸਾਰੇ ਸਾਬਤ ਸੂਰਤ ਸੀ। ਆ ਸਾਡੇ ਮਾਲ ਵਿੱਚ ਇੰਨਾ ਉਹ ਸੀਗਾ, ਹਰ ਘਰ 'ਚੋਂ ਇੱਕ ਇੱਕ ਬੰਦਾ ਜਿਹੜਾ ਸੀ ਸਾਬਤ ਸੂਰਤ ਬਣ ਕੇ ਉਹ ਹੁੰਦਾ ਸੀਗਾ। ਅਸੀਂ ਉਸ ਚੀਜ਼ ਨੂੰ ਖੇਡਾਂ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਹਾਂ ਕਿ ਖੇਡਾਂ 'ਚ ਜਿਹੜੀ ਕਦੇ ਰੁਮਾਲੀ ਪਟਕੇ ਦਸਤਾਰਾਂ ਚੱਲਦੀਆਂ ਸੀ ਨਾ, ਉਹ ਉਹਦੀ ਤਾਂਕ ਸੀ। ਔਰ ਜਦੋਂ ਉਹ ਰੁਮਾਲੀ ਵਾਲਾ ਜਾਂ ਉਹ ਪਟਕੇ ਵਾਲਾ ਉਹ ਖੇਡਦਾ ਸੀ ਨਾ, ਉਹਦੇ ਪਿੱਛੇ ਇੱਕ ਫੋਰਸ ਸੀ, ਉਹ ਆਪਦੇ ਉਸ ਰੂਪ ਨੂੰ ਲੈ ਕੇ ਜਦੋਂ ਖੇਡਦਾ ਸੀਗਾ ਉਹ ਜੇਤੂ ਅੰਦਾਜ਼ 'ਚ ਚੱਲਦਾ ਸੀ। ਅਤੇ ਸਾਡੇ 'ਚ ਹੁਣ ਜੇ ਸਾਡਾ ਸਰੂਪ ਹੀ ਨਹੀਂ ਉਹੋ ਜਿਹਾ ਰਿਹਾ, ਸਾਡਾ ਉਹੋ ਜਿਹਾ ਜੁੱਸਾ ਹੀ ਨਾ ਰਿਹਾ, ਅਸੀਂ ਉਹ ਤਕੜੇ ਹੀ ਨਾ ਰਹੇ, ਫਿਰ ਸਾਡਾ ਜੇਤੂ ਅੰਦਾਜ਼ ਕੀ ਕਰੂਗਾ? ਸਾਡਾ ਸਾਨੂੰ ਕੌਣ ਦੇਖੂਗਾ? ਅਤੇ ਅੱਛਾ, ਤੁਹਾਡੇ ਕੋਲ ਜਿਹੜੇ ਮੁਕਾਬਲਾ ਖੇਡਣ ਆਉਣਗੇ ਉਹਨਾਂ ਨੂੰ ਕੀ ਦੇਣ ਜਾ ਰਹੇ ਹੋ? ਹਾਂਜੀ, ਉਹ ਇਹ ਸੀਗਾ ਕਿ ਫੁੱਟਬਾਲ ਦੇ ਇਤਿਹਾਸ 'ਚ ਪਹਿਲੀ ਵਾਰ ਇੱਕ ਤਾਂ ਇਹ ਸਾਬਤ ਸੂਰਤ ਬੱਚਿਆਂ ਦਾ ਹੋਣ ਜਾ ਰਿਹਾ। ਸੈਕਿੰਡਲੀ ਇਹ ਆ ਕਿ ਹਰ ਜੇਤੂ ਨੂੰ 5 ਲੱਖ ਦਾ ਇਨਾਮ ਹੈ, ਹਰ ਜੇਤੂ ਨੂੰ, ਔਰ ਜਿਹੜੀ ਦੂਜੇ ਨੰਬਰ 'ਤੇ ਆਊਗੀ ਉਹਨੂੰ 3 ਲੱਖ ਦਾ, ਔਰ ਜਿਹੜਾ ਉਸ ਟੀਮ ਦੇ ਜੇਤੂ ਟੀਮ ਦੇ ਕੋਚ ਸਾਹਿਬ ਨੇ ਉਹਨਾਂ ਨੂੰ 51,000 ਦਾ, ਔਰ ਜਿਹੜੀ ਦੂਜੀ ਟੀਮ ਦੇ ਕੋਚ ਹੋਣਗੇ ਉਹਨਾਂ ਨੂੰ 31,000 ਦਾ ਇਨਾਮ ਹੈ। ਔਰ ਇਸ ਤੋਂ ਬਿਨਾਂ ਸਾਰੇ ਬੱਚਿਆਂ ਨੂੰ, ਜਿੰਨੇ 23 ਜ਼ਿਲ੍ਹੇ ਨੇ, 20 ਬੱਚੇ ਨੇ, 460 ਖਿਡਾਰੀ ਬਣਗੇ। ਅਤੇ ਇਸੇ ਤਰ੍ਹਾਂ ਹੀ ਦੋ ਕੋਚ ਸਾਹਿਬ ਨੇ 46 ਬਣਗੇ। 20 ਸਾਡੇ ਕੋਲ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਰੈਫਰੀ ਨੇ, ਕਿਉਂਕਿ ਉਹਨਾਂ ਨੇ ਮੈਚ ਰੈਫਰ ਕਰਨਾ, ਅਸੀਂ ਸਾਡਾ ਕੋਈ ਰੈਫਰੀ ਨਹੀਂ, ਅਫੀਸ਼ੀਅਲ ਟੂਰਨਾਮੈਂਟ ਹੈ ਇਹ, ਇੱਕ ਉਹ ਹੋ ਗਏ। ਤੁਸੀਂ ਇੰਨੀ ਗਿਣਤੀ ਲਾ ਲਓ, ਇਹਨਾਂ ਨੂੰ ਸਾਡੇ ਵੱਲੋਂ ਇੱਕ ਟਰੈਕ ਸੂਟ ਹੈ, ਇੱਕ ਇਹਨਾਂ ਨੂੰ ਫੁੱਟਬਾਲ ਕਿੱਟ ਆ, ਔਰ ਇੱਕ ਹੈਗੀ ਆ ਚੇਂਜਿੰਗ ਟੀ ਸ਼ਰਟ, ਜਦੋਂ ਪਸੀਨਾ ਆ ਜਾਂਦਾ ਤਾਂ ਉਸ ਨੂੰ ਉਹ ਕਰਨਾ ਚੇਂਜ ਕਰਨਾ ਹੁੰਦਾ। ਇਹ ਸਾਰਾ ਸਾਡੇ ਕੋਲੋਂ ਫ੍ਰੀ ਆਫ ਕੋਸਟ ਹੈ। ਔਰ ਇੱਕ ਹੋਰ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਸ ਦਾ ਜਿਹੜਾ ਉਹ ਹੈਗਾ ਬਜਟ ਹੈ ਉਹ 50 ਲੱਖ ਦੇ ਕਰੀਬ ਹੈ। ਅਤੇ 50 ਲੱਖ ਕਿਵੇਂ ਇਕੱਠੇ ਹੋ ਰਹੇ ਨੇ? ਆਪਣੇ ਲੈਵਲ 'ਤੇ ਕਰ ਰਹੇ ਹੋ, ਖਾਲਸਾ ਫੁੱਟਬਾਲ ਕਲੱਬ ਕਰ ਰਿਹਾ ਹੈ, ਬਾਕੀ ਲੋਕ ਮਦਦ ਕਰ ਰਹੇ ਨੇ, ਇਹ ਕਿਵੇਂ? ਜੇ ਕੋਈ ਮਦਦ ਕਰਨਾ ਵੀ ਚਾਹੇ NRI ਸਾਡੇ ਦਰਸ਼ਕ ਨੇ, ਉਹ ਕਿਵੇਂ ਕਰ ਸਕਦੇ ਨੇ? ਮੈਂ ਉੱਥੇ ਤੁਹਾਡੇ 'ਤੇ ਆਉਣਾ ਜੀ। ਕਿਸੇ ਬੱਚੇ ਤੋਂ 1 ਰੁਪਿਆ ਟ੍ਰਾਇਲ ਫੀਸ ਨਹੀਂ ਲਈ, ਕਿਸੇ ਬੱਚੇ ਤੋਂ ਜਿਹੜੇ ਹੁਣ ਟੂਰਨਾਮੈਂਟ ਖੇਡਣ ਆਉਣਗੇ ਟੂਰਨਾਮੈਂਟ ਫੀਸ ਨਹੀਂ ਲਈ। ਸਾਡੇ ਕਲੱਬ ਵਾਲੇ ਮੈਂਬਰ ਨੇ ਜਿਹੜੇ ਇਕੱਠੇ ਹੋ ਕੇ ਕਰ ਰਹੇ ਹਾਂ, ਅਸੀਂ ਹਾਲੇ ਸ਼ੋਰਟੇਜ ਵੀ ਆ ਫੰਡਾਂ ਦੀ, ਅਸੀਂ ਇਸ ਨੂੰ ਇੱਕ ਲੰਗਰ ਰੂਪ 'ਚ ਲੈ ਕੇ ਚੱਲੇ ਹਾਂ। ਅਸੀਂ ਸਾਨੂੰ ਇਹ ਆ ਵੀ ਕਿਸੇ ਅੱਗੇ ਹੱਥ ਨਾ ਅੱਡੀਏ ਜਾ ਕੇ, ਅਤੇ ਖਾਲਸਾ ਲੰਗਰ ਦੇ ਰੂਪ 'ਚ ਚਲਾਵੇ ਇਸ ਨੂੰ, ਸੰਗਤੀ ਰੂਪ 'ਚ ਆਪਾਂ ਇਕੱਠੇ ਹੋ ਕੇ ਚੱਲੀਏ। ਔਨਲਾਈਨ ਵੈਬਸਾਈਟ ਦੇ ਉੱਪਰ ਸਾਡੀ ਹੈਗਾ, ਉੱਥੋਂ ਕੋਈ ਵੀ ਬੰਦਾ ਔਨਲਾਈਨ ਡੋਨੇਟ ਕਰ ਸਕਦਾ, ਸਾਡੇ ਬੈਂਕ ਅਕਾਊਂਟ ਜਾਊਗਾ। ਉੱਥੇ ਅਸੀਂ ਇੱਕ ਪੇਜ ਰੱਖਿਆ ਫਾਈਨੈਂਸ਼ੀਅਲ ਦਾ, ਅਸੀਂ ਉੱਥੇ ਜਿਹੜੀ ਆਪਣੀ ਚਾਰਟਰਡ ਅਕਾਊਂਟੈਂਟ ਅਸੀਂ ਕੀਤਾ, ਹਰ ਸਾਲ ਦੀ ਰਿਟਰਨ ਦੇਣੀ ਆ, 80G 12 A 'ਚ ਅਸੀਂ ਆਉਣਾ, ਅਤੇ ਉਹਦੀ ਹਰ ਸਾਲ ਦੀ ਰਿਟਰਨ ਅਸੀਂ ਵੈਬਸਾਈਟ 'ਤੇ ਪਾਵਾਂਗੇ। ਔਰ ਵੈਬਸਾਈਟ ਦਾ ਨਾਂ ਖਾਲਸਾ ਫੁੱਟਬਾਲ ਕਲੱਬ .com ਹੈਗਾ ਜੀ। ਇਸੇ ਤਰ੍ਹਾਂ ਮੋਬਾਈਲ ਐਪ ਹੈ, ਕੋਈ ਵੀ ਬੰਦਾ ਮੋਬਾਈਲ ਐਪ 'ਤੇ ਜਾ ਕੇ, ਕੋਈ ਵੀ ਬੰਦਾ ਵੈਬਸਾਈਟ 'ਤੇ ਜਾ ਕੇ ਮੈਂਬਰ ਬਣ ਸਕਦਾ, ਔਰ ਸੈਕਿੰਡਲੀ ਡੋਨੇਟ ਕਰ ਸਕਦਾ। ਅਸਲ ਭਾਅ ਜੀ ਜਿਹੜਾ ਸਾਡਾ ਇਸ ਫੁੱਟਬਾਲ ਕਲੱਬ ਦਾ ਅੱਜ ਤੋਂ 2 ਸਾਲ ਪਹਿਲਾਂ ਸੀ ਜਿਹੜਾ ਏਮ, ਜਦੋਂ ਅਸੀਂ ਇਹਨੂੰ ਲੈ ਕੇ ਚੱਲੇ ਹਾਂ ਬਣਾਉਣ ਦਾ, ਉਹ ਸੀਗਾ ਸਾਡਾ ਅਮੈਰੀਕਾ ਵਰਗੇ ਜਾਂ ਹੋਰ ਮੁਲਕਾਂ ਦੇ ਵਿੱਚ ਸਾਨੂੰ ਤਾਲਿਬਾਨ ਸਮਝ ਕੇ ਸਾਡੇ 'ਤੇ ਮਿਸਟੇਕਨ ਆਈਡੈਂਟੀ ਨਾਲ ਰੇਸ਼ੀਅਲ ਅਟੈਕਸ ਹੋਏ ਆ, ਜਿੱਥੋਂ ਇਹਦਾ ਜਨਮ ਹੋਇਆ। ਅਸਲ ਖਾਲਸਾ ਫੁੱਟਬਾਲ ਕਲੱਬ ਦਾ ਜੇ ਮੈਂ ਸਹੀ ਦੱਸਾਂ, ਉਹ ਉੱਥੋਂ ਜਨਮ ਹੋਇਆ। ਇਹ ਇਸ ਵਾਰੀ ਪਹਿਲਾ ਟੂਰਨਾਮੈਂਟ ਅਸੀਂ ਗੁਰੂ ਨਾਨਕ ਸਾਹਿਬ ਨੂੰ ਸਮਰਪਿਤ ਕੀਤਾ। ਸਾਡਾ ਇਹ ਸੀ ਕਿ ਇਸ ਸਾਰੇ ਟੂਰਨਾਮੈਂਟ ਦੇ ਵਿੱਚੋਂ ਬੱਚੇ ਇਕੱਠੇ ਕਰਕੇ ਉਹਨਾਂ ਦੇ ਵਿੱਚੋਂ ਅਸੀਂ 40 ਕੁ ਬੱਚੇ ਇਕੱਠੇ ਕਰ ਰਹੇ ਹਾਂ। ਫਾਈਨਲ ਟੀਮ ਹੋਊਗੀ ਜਿਹੜੀ ਜਿੱਤੂ 20 ਬੱਚਿਆਂ ਦੀ, ਔਰ 2-2 ਬੱਚੇ ਸਾਰੇ ਜ਼ਿਲ੍ਹਿਆਂ 'ਚੋਂ। ਉਹਨਾਂ 'ਚੋਂ ਫਿਰ ਇੱਕ ਟੀਮ ਖਾਲਸਾ ਫੁੱਟਬਾਲ ਕਲੱਬ ਦੀ ਚੁਣੀ ਜਾਣੀ ਆ। ਜਿਵੇਂ ਪਹਿਲਾਂ ਸ਼੍ਰੋਮਣੀ ਕਬੱਡੀ ਦੀ ਸਾਬਤ ਸੂਰਤ ਕਬੱਡੀ ਦੀ ਟੀਮ ਸੀ, ਇਹ ਸਾਡੀ ਸਾਬਤ ਸੂਰਤ ਫੁੱਟਬਾਲ ਦੀ ਟੀਮ ਹੋਊ। ਇਹ ਫੁੱਟਬਾਲ ਟੀਮ ਦੇਸ਼ਾਂ ਵਿਦੇਸ਼ਾਂ 'ਚ ਜਾ ਕੇ ਜਦੋਂ ਯੂਰਪੀਅਨ ਕਲੱਬਾਂ ਨਾਲ, ਅੰਗਰੇਜ਼ਾਂ ਦੇ ਕਲੱਬਾਂ ਨਾਲ ਜਾਂ ਉੱਥੋਂ ਦੇ ਹੋਰ ਕਲੱਬ ਜਿਹੜੇ ਵਿੱਚ ਸਾਡੇ ਪੰਜਾਬੀ ਭਾਈਚਾਰੇ ਦੇ ਹੈਗੇ ਆ, ਉੱਥੇ ਖੇਡੂਗੀ ਤਾਂ ਮੀਡੀਆ ਆਪਣੇ ਆਪ ਅਟ੍ਰੈਕਸ਼ਨ ਬਣਨੀ ਆ। ਇਹ ਕੌਣ ਨੇ, ਕਿਹੜੀ ਖੇਡ ਵਾਲੇ ਆ ਗਏ ਜਿਹਨਾਂ ਦੇ ਸਿਰਾਂ 'ਤੇ ਰੁਮਾਲੀਆਂ ਜੁੜੇ ਦਸਤਾਰਾਂ ਨੇ ਗੇ, ਠੀਕ ਹੈ? ਔਰ ਉੱਥੇ ਫਿਰ ਜਿਹੜੀ ਸਾਡੀ, ਅਸੀਂ ਚਾਹੁੰਦੇ ਹਾਂ ਕਿ ਅਸੀਂ ਤਾਲਿਬਾਨ ਨਹੀਂ, ਅਸੀਂ ਸਿੱਖ ਹਾਂ,
ਸਾਡੇ ਅਸੀਂ ਜਿਹੜਾ ਹੈਗਾ ਪੰਜਾਬੀ ਹਾਂ, ਅਸੀਂ ਉਸ ਆਇਡੈਂਟੀ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਕਰਨਾ। ਸਾਨੂੰ ਸੱਦਾ ਪੱਤਰ ਵੀ ਆਏ ਆ USA ਤੋਂ, ਕੈਨੇਡਾ ਤੋਂ, UK ਤੋਂ, ਕਿ ਇਹਨਾਂ ਨੂੰ ਇਹ ਆਪਣੀ ਟੀਮ ਇੱਥੇ ਲਿਆਓ ਅਤੇ ਅਸੀਂ ਇਹਨਾਂ ਨੂੰ ਇੱਥੇ ਕਲੱਬਾਂ ਨਾਲ ਖਿਡਾਵਾਂਗੇ, ਸੋ ਦੈਟ ਇਹਨਾਂ ਦਾ ਪ੍ਰਚਾਰ ਵੀ ਕਰਾਂਗੇ, ਆਇਡੈਂਟੀ ਪ੍ਰਮੋਟ ਹੋਊ। ਅਤੇ ਮੈਂ ਇਹ ਵੀ ਆ ਕਿ ਅਸੀਂ ਅਪਰੋਚ ਕਰਾਂਗੇ ਸਿੱਖ ਖੇਡਾਂ ਅਤੇ ਆਸਟ੍ਰੇਲੀਅਨ ਸਿੱਖ ਖੇਡਾਂ 'ਤੇ ਕਿ ਉਹ ਇਸ ਟੀਮ ਦਾ ਚਾਹੇ ਡੈਮੋ ਮੈਚ ਕਰਵਾਉਣ, ਕਿਸੇ ਨਾਲ ਵੀ ਖਿਡਾ ਕੇ ਦੇਖਣ ਅਤੇ ਅਸੀਂ ਉੱਥੇ ਆਪਣੀ ਇਸ ਜਿਹੜੀ ਸਾਬਰ ਸੂਰਤ ਦਾ ਜਿਹੜਾ ਪ੍ਰਚਾਰ ਹੈ ਉਹ ਦੁਨੀਆ 'ਤੇ ਕਰਨਾ। ਅਤੇ ਇਸ ਕਰਕੇ ਮੈਂ ਚਾਹੁੰਦਾ ਬੱਚਿਆਂ ਨੂੰ ਵੀ ਕਿ ਆਓ ਆਪਾਂ ਨਿਕਲੀਏ ਉਸ 'ਚੋਂ, ਸੋਸ਼ਲ ਮੀਡੀਆ ਤੋਂ ਬਾਹਰ ਆਈਏ। ਆਪਾਂ ਜਿਹੜਾ ਸਾਡਾ ਪਿੰਡਾਂ ਦੇ ਗਰਾਊਂਡ ਨੇ ਜਿੱਥੇ ਅੱਜ ਕੱਲ੍ਹ ਬਾਈ ਜੀ ਜੇ ਸੱਚੀ ਕਹਿ ਦਈਏ ਤਾਂ ਉਹ ਉੱਥੇ ਪਿੰਡਾਂ ਦੇ ਗਰਾਊਂਡ ਆਪਾਂ ਛੋਟੇ ਹੁੰਦੇ ਖੇਡਦੇ ਰਹੇ ਹਾਂ, ਉਹਨਾਂ ਗਰਾਊਂਡਾਂ 'ਚ ਜਦੋਂ ਸਕੂਲ ਪੜ੍ਹਨ ਜਾਂਦੇ ਸੀਗੇ ਅਤੇ ਉੱਥੇ ਅੱਜ ਘਾਹ ਉੱਗਿਆ ਹੋਇਆ, ਉੱਥੇ ਜਾਂ ਡੰਗਰ ਚਰਦੇ ਨੇ ਅਤੇ ਜਾਂ ਜਿਹੜੇ ਨਸ਼ੇੜੀ ਉਸ ਘਾਹ ਉੱਗੇ ਘਾਹ ਦੇ ਵਿੱਚ ਟੀਕੇ ਲਾ ਰਹੇ ਹੁੰਦੇ ਆ। ਅਤੇ ਮੈਂ ਚਾਹੁੰਦਾ ਕਿ ਉਹ ਹਰ ਪਿੰਡ ਪੱਧਰ ਦਾ ਇੱਕ ਗਰਾਊਂਡ ਸਾਡਾ, ਅਸੀਂ ਵੀ ਇਹਦੇ 'ਤੇ ਥੋੜ੍ਹਾ ਜਿਹਾ ਕੰਮ ਕਰਾਂਗੇ ਅਗਲੇ 2022 'ਚ ਜਾ ਕੇ, ਸਾਡੀ ਪਲੈਨਿੰਗ ਹੈ। ਫਰਦਰ ਪ੍ਰੋਜੈਕਟਸ ਕੀ ਨੇ? ਇਹ ਤਾਂ ਖਾਲਸਾ ਫੁੱਟਬਾਲ ਕਲੱਬ, ਇਹ ਸਾਰਾ ਮੁਕਾਬਲਾ ਕਰਾ ਲਿਆ, ਇਹ ਸਾਰੀ ਚੀਜ਼ ਹੋ ਜਾਏਗੀ, ਇਹ ਵੀ ਰੱਬ ਨੇ ਚਾਹੇ ਤਾਂ ਬਹੁਤ ਵਧੀਆ ਤਰੀਕੇ ਨਾਲ ਜਿਸ ਤਰੀਕੇ ਨਾਲ ਤੁਸੀਂ ਪਲੈਨ ਕੀਤਾ ਇਹ ਅੱਗੇ ਸਿਰੇ ਚੜੇਗਾ। ਇਸ ਤੋਂ ਅੱਗੇ ਕੀ? ਇਸ ਤੋਂ ਅੱਗੇ ਇਹ ਆ ਜੀ ਕਿ ਇੱਕ ਤਾਂ ਅਗਲੇ ਸਾਲ 2021 ਦੇ ਵਿੱਚ ਅਸੀਂ, ਸਾਨੂੰ ਐਤਕੀ ਬਹੁਤ ਸਾਹਮਣਾ ਕਰਨਾ ਪਿਆ ਕੁਐਸਚਨਾਂ ਦਾ ਅਤੇ ਬੀਬੀਆਂ ਦਾ, ਸਾਬਰ ਸੂਰਤ ਬੱਚੀਆਂ ਜਿਹੜੀਆਂ ਹੈਗੀਆਂ ਨੇ ਉਹ ਫੁੱਟਬਾਲ 'ਚ ਆਉਣਗੀਆਂ ਅਗਲੇ ਸਾਲ ਤੋਂ। ਇਸ ਵਾਰੀ ਐਤਕੀ ਨਹੀਂ ਹੈਗੀ? ਨਹੀਂ, ਇਸ ਵਾਰੀ ਐਂ ਸੀਗਾ ਕਿ ਸਾਡਾ ਪਹਿਲਾ ਤਜਰਬਾ, ਗਲਤੀਆਂ ਕਰਾਂਗੇ, ਕੁਛ ਸ਼ੋਰਟ ਕਮੀਜ਼ ਹੋਣਗੀਆਂ, ਸਿੱਖਾਂਗੇ ਅਤੇ ਜੋ ਸਾਰਾ ਕੁਛ ਉਹ ਫੇਸ ਕਰਾਂਗੇ। ਇਸ ਵਾਰੀ ਫੰਡ ਦੀ ਸ਼ੋਰਟੇਜ ਬਹੁਤ ਵੱਡੀ ਆ ਸਾਡੀ ਇਸ ਵਾਰੀ ਦੀ, ਅਤੇ ਅਗਲੇ ਸਾਲ ਲਈ ਅਸੀਂ ਹੋਰ ਮਤਲਬ ਭੱਜ ਨੱਠ ਕਰਾਂਗੇ। ਅਗਲੇ ਸਾਲ ਬੀਬੀਆਂ ਆ ਜਾਣਗੀਆਂ, ਸਾਡਾ 1000 ਤੋਂ ਉੱਪਰ ਪਲੇਅਰ ਹੀ ਬਣ ਜਾਂਦਾ ਹਰ ਜ਼ਿਲ੍ਹੇ ਦੇ ਵਿੱਚ, ਪੂਰੇ ਪੰਜਾਬ 'ਚੋਂ, ਸਟੇਟ 'ਚੋਂ। ਔਰ ਇੱਕ ਅਗਲੇ ਸਾਲ ਅਸੀਂ ਕਰਨ ਜਾ ਰਹੇ ਹਾਂ ਮਤਲਬ ਹਰਿਆਣਾ, ਹਿਮਾਚਲ, JK, ਚੰਡੀਗੜ੍ਹ, ਦਿੱਲੀ, ਇਹਨਾਂ ਦੀਆਂ ਨੌਰਥ ਜ਼ੋਨ ਦਾ ਸਾਬਰ ਸੂਰਤ ਟੂਰਨਾਮੈਂਟ। ਹੌਲੀ ਹੌਲੀ ਅਸੀਂ ਇਹਨੂੰ ਨੈਸ਼ਨਲ 'ਤੇ ਲੈ ਕੇ ਜਾਵਾਂਗੇ, ਉਹ ਅਗਲੇ ਗੱਲਾਂ ਦੀਆਂ, ਕਿਉਂਕਿ ਹਲੇ ਮੈਂ ਉਹਨਾਂ ਕਿ ਅਸੀਂ ਗੱਲ ਕਰਾਂ ਪੰਜਾਬ, ਫਿਰ ਨੌਰਥ ਇੰਡੀਆ, ਫਿਰ ਨੈਸ਼ਨਲ ਸਟੈਪ। ਨਹੀਂ, ਹਾਲੇ ਹੋਰ ਵੀ ਹੈ ਜੀ। ਉਸ ਤੋਂ ਬਾਅਦ ਇਹ ਆ ਕਿ 2022 ਦੇ ਵਿੱਚ ਸਾਡੇ ਕਲੱਬ ਦੇ ਸਾਰੇ ਅਹੁਦੇਦਾਰਾਂ ਨੇ ਇੱਕ ਵੱਡੀ ਪਲੈਨ ਬਣਾਈ ਆ, ਉਹਦੇ 'ਚ ਹੋਰ ਵੀ ਖੇਡਾਂ ਸ਼ਾਮਿਲ ਹੋ ਜਾਣਗੀਆਂ ਸ਼ਾਇਦ, ਜਿਵੇਂ ਉਹ ਕਰ ਰਹੇ ਆ। ਮਤਲਬ ਮੈਂ ਪੂਰਾ ਡਿਵੈਲਜ ਨਹੀਂ ਕਰ ਸਕਦਾ ਉਹ ਸਾਰੀ ਡਿਟੇਲਸ, ਅਤੇ ਉਹ ਆ ਕਿ ਜਿਹੜਾ ਹੈਗਾ, ਕਿਉਂਕਿ ਮੈਨੂੰ ਇਕੱਲੇ ਨੂੰ ਮਤਲਬ ਅਧਿਕਾਰਤ ਨਹੀਂ ਕਿ ਮੈਂ ਸਾਰਾ ਉਹ ਦੱਸਾਂ, ਉਹ ਅਸੀਂ ਸ਼ਾਇਦ ਜਥੇਦਾਰ ਅਕਾਲ ਤਖਤ ਸਾਹਿਬ ਨਾਲ ਗੱਲ ਕਰਾਂਗੇ ਅਤੇ ਉਹ ਇਸ ਚੀਜ਼ ਦਾ ਅਨਾਊਂਸ ਕਰਨ। ਔਰ ਸੈਕੰਡਲੀ ਇਹ ਆ ਵੀ ਇੰਨਾ ਜ਼ਰੂਰ ਹੈ, ਅਸੀਂ ਇੱਕ ਚੰਡੀਗੜ੍ਹ ਦਾ ਵੱਖਰਾ ਸਿੱਖ ਫੁੱਟਬਾਲ ਕੱਪ ਕਰਾਉਣ ਜਾ ਰਹੇ ਹਾਂ ਅਗਲੇ ਸਾਲ ਤੋਂ, ਪੰਜਾਬ ਦਾ ਹੋਊਗਾ ਫਿਰ ਚੰਡੀਗੜ੍ਹ ਤੋਂ। ਚੰਡੀਗੜ੍ਹ ਦੇ ਸਕੂਲ ਦੀਆਂ ਟੀਮਾਂ, ਹਰ ਸਕੂਲ ਦੀ ਟੀਮ ਪਾਰਟੀਸਪੇਟ ਕਰ ਸਕਦੀ ਆ, ਹਰ ਕਾਲਜ ਦੀ ਕਰ ਸਕਦੀ ਆ, ਯੂਨੀਵਰਸਿਟੀਆਂ ਦੀ ਕਰ ਸਕਦੀ ਆ, ਔਰ ਸੈਕੰਡਲੀ ਜਿਹੜੇ ਪਿੰਡਾਂ ਦੇ ਫੁੱਟਬਾਲ ਕਲੱਬਸ ਨੇ ਉਹ ਕਰ ਸਕਦੇ ਆ, ਲੇਕਿਨ ਸਾਬਰ ਸੂਰਤ। NRIs ਦੇ ਲਈ ਕੋਈ ਸੁਨੇਹਾ ਦੇਣਾ ਚਾਹੋਗੇ, ਕੁਛ ਕਹਿਣਾ ਚਾਹੋਗੇ ਉਹਨਾਂ ਨੂੰ? ਜੀ ਹਾਂ, ਮੈਂ ਸਾਰੇ ਮੇਰੇ ਵੀਰਾਂ ਨੂੰ, ਸਾਰੇ ਜਗਤ ਨੂੰ ਮੇਰੀ ਇੱਕ ਬੇਨਤੀ ਆ ਕਿ ਆਪਾਂ ਇਹ ਇੱਕ ਲੰਗਰ ਰੂਪ 'ਚ ਖਾਲਸਾ ਫੁੱਟਬਾਲ ਕਲੱਬ ਨੇ ਇਹ ਜਿਹੜਾ ਇੱਕ ਛੋਟਾ ਜਿਹਾ ਉਪਰਾਲਾ ਕੀਤਾ, ਔਰ ਇਸ ਉਪਰਾਲੇ ਨੂੰ ਆਪਾਂ ਵੱਡਾ ਬਣਾਉਣਾ। ਆਪਾਂ ਸਾਰੇ ਪਹਿਲਾਂ ਤਾਂ ਕਲੱਬ ਨਾਲ ਜੁੜੀਏ, ਕਲੱਬ ਦੇ ਮੈਂਬਰ ਬਣੀਏ, ਤੁਹਾਨੂੰ ਪਤਾ ਲੱਗੇ ਕਿ ਕਲੱਬ ਕੀ ਖਰਚ ਕਰ ਰਿਹਾ, ਕੀ ਹੋ ਰਿਹਾ। ਹਰ ਸਾਲ ਅਸੀਂ ਇੱਕ ਇਹਦਾ ਕਲੱਬ ਦਾ ਸਾਰੀ ਪੂਰੀ ਫੈਮਿਲੀ ਦਾ ਜਿੰਨੇ ਮੈਂਬਰ ਹੋਇਆ ਕਰਨਗੇ ਇੱਕ ਲੰਚ ਰੱਖਿਆ ਕਰਾਂਗੇ, ਉੱਥੇ ਸਾਰਿਆਂ ਨੂੰ ਇਨਵਾਈਟ ਕਰਾਂਗੇ। ਉਸ ਉੱਥੇ 4 ਅਵਾਰਡ ਵੀ ਦੇਣੇ ਆ ਅਸੀਂ ਖਿਡਾਰੀਆਂ ਨੂੰ ਜਿਹੜੇ ਸਾਡੇ ਫੁੱਟਬਾਲਰ ਹੋਇਆ ਕਰਨਗੇ, ਜਾਂ ਕਿਸੇ ਵੀ ਖੇਡ 'ਚ ਹੋਵੇ, ਸਭ ਸੂਰਤ ਹੋਵੇ, ਉਸ ਨੂੰ ਕਰਾਂਗੇ। ਉਸ ਦਿਨ ਸਾਰੇ ਜਿਹੜੇ ਬਜਟ ਹੋਊਗਾ ਉਹ ਸਾਰੇ ਉਹਨਾਂ ਦੇ ਸਾਹਮਣੇ ਪੇਸ਼ ਕਰਕੇ ਉੱਥੇ ਉਹਦੀ ਪ੍ਰਵਾਨਗੀ ਲਈ ਜਾਇਆ ਕਰੂਗੀ। ਥਰਡ, ਕਿ ਜਿੰਨਾ ਅਸੀਂ ਪੰਜਾਬ ਦੇ ਬੱਚਿਆਂ ਨੂੰ ਉਹਦੇ 'ਚੋਂ ਕੱਢ ਕੇ ਇੱਕ ਉਹਨਾਂ ਨੂੰ ਇਸ ਆਪਦੇ ਸੱਭਿਆਚਾਰ ਲਈ ਇੱਕ ਤੰਦਰੁਸਤ ਸਮਾਜ ਸਿਰਜਣਾ ਕਰਨ ਜਾ ਰਹੇ ਹਾਂ, ਉਹਨਾਂ ਨੂੰ ਨਸ਼ਿਆਂ 'ਚੋਂ ਹੋਰ 'ਚੋਂ ਕੱਢ ਕੇ ਆਪਣੇ ਆਪਣੇ ਮੂਲ ਸਰੂਪ ਨਾਲ ਜੋੜ ਰਹੇ ਹਾਂ, ਆਪਾਂ ਆਓ ਇਹ ਸਾਰੇ ਹੰਭਲਾ ਮਾਰੀਏ ਅਤੇ ਪੰਜਾਬ ਨੂੰ ਉਸ ਖੇਡ ਕਲਚਰ ਦੀਆਂ ਬੁਲੰਦੀਆਂ 'ਤੇ ਲੈ ਕੇ ਚੱਲੀਏ। ਥਰਡ, ਤੁਸੀਂ ਜਿੱਥੇ ਵੀ ਬੈਠੇ ਹੋ ਉਸ ਫੁੱਟਬਾਲ ਕਲੱਬ ਨਾਲ, ਜਾਂ ਕਿਤੇ ਵੀ ਤੁਸੀਂ ਕੋਈ ਮੁਕਾਬਲਾ ਕਰਾਉਣਾ, ਆਪਣੀ ਸਾਬਰ ਸੂਰਤ ਟੀਮ ਹੈ ਜਿਹੜੀ ਫਰਵਰੀ ਮਹੀਨੇ 'ਚ ਰੈਡੀ ਹੋ ਜਾਣੀ ਆ, ਅਸੀਂ ਇੱਕ ਮਹੀਨਾ ਉਹਨਾਂ ਨੂੰ ਬਾਹਰ ਨਹੀਂ ਕੱਢਾਂਗੇ, ਉੱਦਾਂ ਦੀ ਤਿਆਰੀ ਕਰਾਉਣੀ ਆ ਵਧੀਆ ਕੋਚ ਤੋਂ, ਸੋ ਦੈਟ ਉਹ ਹਰ ਟੀਮ ਨਾਲ ਪੰਗਾ ਲੈਣ, ਚੰਗਾ ਹਰਾ ਕੇ ਆਇਆ ਕਰਨ। ਅਤੇ ਮੈਂ ਕਹੂੰਗਾ ਕਿ ਮਾਰਚ ਮਹੀਨੇ ਤੋਂ ਬਾਅਦ ਸਾਨੂੰ ਜਿੱਥੋਂ ਵੀ ਤੁਸੀਂ ਦੇਸ਼ਾਂ ਵਿਦੇਸ਼ਾਂ 'ਚੋਂ ਸੱਦਾ ਦਿਓਗੇ, ਆਪਣੀ ਸਾਬਰ ਸੂਰਤ ਟੀਮ ਉੱਥੇ ਵਿਦੇਸ਼ਾਂ ਵਿਦੇਸ਼ਾਂ ਦੇ ਵਿੱਚ ਆਪਣੀ ਹੋਂਦ ਜਿਹੜੀ ਆ ਦਰਸਾ ਕੇ ਆਊਗੀ। ਅਤੇ ਆਓ ਆਪਾਂ ਰਲ ਕੇ ਸਿੱਖ ਫੁੱਟਬਾਲਰਾਂ ਲਈ, ਸਾਬਰ ਸੂਰਤ ਬੱਚਿਆਂ ਲਈ,
ਅਤੇ ਇਹਨਾਂ ਪੰਜਾਬ ਦੇ ਵਿੱਚ ਜਿਹੜਾ ਇੱਕ ਖੇਡ ਸੱਭਿਆਚਾਰ ਅਲੋਪ ਹੋਇਆ ਸੀ ਉਸ ਨੂੰ ਦੁਬਾਰੇ ਰਿਵਾਈਵ ਕਰਨ ਲਈ ਤੁਸੀਂ ਸਾਰੇ ਇਕੱਠੇ ਹੋਵੋ, ਮੈਂ ਤੁਹਾਡੇ ਮਗਰ ਲੱਗਣ ਨੂੰ ਤਿਆਰ ਹਾਂ ਅਤੇ ਆਪਾਂ ਇਹ ਇੱਕ ਹੰਭਲਾ ਮਾਰ ਕੇ ਇਸ ਨੂੰ ਕਾਮਯਾਬ ਕਰੀਏ। ਇਹ ਮੇਰੀ ਸਾਰਿਆਂ ਨੂੰ ਇਹ ਜਿਹੜਾ ਹੈਗਾ ਇੱਕ ਹੱਥ ਬੰਨ ਕੇ ਬੇਨਤੀ ਹੈ। ਅਤੇ ਬਾਕੀ ਜੇ ਤੁਸੀਂ ਦਸਵੰਧ ਇਸ ਫੁੱਟਬਾਲ ਕਲੱਬ ਨੂੰ ਦੇ ਸਕਦੇ ਹੋ ਤਾਂ ਬਹੁਤ ਵੱਡੀ ਤੁਹਾਡੀ ਕੰਟਰੀਬਿਊਸ਼ਨ ਹੋਊਗੀ ਅਤੇ ਖੁੱਲ੍ਹੇ ਮਨਾਂ ਨਾਲ ਖੁੱਲ੍ਹੇ ਦਿਲਾਂ ਨਾਲ ਆਓ ਆਪਾਂ ਇਕੱਠੇ ਹੋ ਕੇ ਜੁੜ ਕੇ ਇਸ ਕਲੱਬ ਦੀ ਸਫਲਤਾ ਲਈ ਚੜ੍ਹਦੀ ਕਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ ਅਗਰੇਵਾਲ ਸਾਹਿਬ ਅਤੇ ਬਹੁਤ ਬਹੁਤ ਸ਼ੁਭਕਾਮਨਾਵਾਂ, ਬਹੁਤ ਬਹੁਤ ਸ਼ੁਭਇੱਛਾਵਾਂ ਤੁਹਾਡੇ ਇਸ ਉਪਰਾਲੇ ਦੇ ਲਈ। ਥੈਂਕ ਯੂ ਜੀ, ਬਹੁਤ ਮਿਹਰਬਾਨੀ ਜੀ। ਕਿਸੇ ਸ਼ਾਇਰ ਨੇ ਕਿਹਾ ਸੀ, ਮੈਂ ਰਾਹਾਂ 'ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਅਤੇ ਰਾਹ ਬਣਦੇ ਨੇ। ਹੁਣ ਇਹ ਰਾਹ ਬਣਨ ਜਾ ਰਹੇ ਨੇ ਔਰ ਸਿੱਖ ਜਿਹੜੇ ਨੇ ਇਸ ਰਾਹ 'ਤੇ ਤੁਰਦੇ ਹੋਏ ਫੁੱਟਬਾਲ ਦਾ ਮੈਦਾਨ ਫਤਿਹ ਕਰਨ ਲਈ ਆ ਰਹੇ ਨੇ ਖਾਲਸਾ ਫੁੱਟਬਾਲ ਕਲੱਬ ਦੇ ਜ਼ਰੀਏ। ਕੈਮਰਾ ਪਰਸਨ ਪ੍ਰਦੀਪ ਦੇ ਨਾਲ ਗਗਨਦੀਪ ਚੌਹਾਨ, ਜਸ ਪੰਜਾਬੀ, ਚੰਡੀਗੜ੍ਹ।